ਸੁਬੀਰ ਸਾਹਿਬ ਸਿੰਘ ਜੀ, ਅੱਜ ਆਪਾਂ ਸਾਰੇ ਫੱਗਣ ਮਹੀਨੇ ਦੀ ਸੰਗਰਾਂਦ ਸਾਰੇ ਬਾਬਾ ਜੀ ਦੇ ਚਰਨਾਂ 'ਚ ਇਕੱਠੇ ਹੋਏ ਹਾਂ। ਬਹਾਨਾ ਕੋਈ ਵੀ ਹੋਵੇ, ਸਮਾਂ ਕੋਈ ਵੀ ਹੋਵੇ, ਆਪਾਂ ਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ। ਰੱਬ ਜੀ ਕਦੇ ਵੀ ਹੱਥਾਂ 'ਚ ਪੈਸੇ ਨਹੀਂ ਦਿੰਦੇ ਵੀ ਤੁਸੀਂ ਨੋਟ ਲੈ ਲਓ, ਉਹ ਮੌਕਾ ਦਿੰਦੇ ਵੀ ਹੱਥ ਨੂੰ ਅਫਸਰ ਦੇ ਤਾ, ਮੌਕਾ ਦੇ ਤਾ, ਹੁਣ ਤੂੰ ਇਹਦਾ ਫਾਇਦਾ ਉਠਾ ਲੈ, ਤੂੰ ਨਾਮ ਜਪ ਲੈ, ਤੂੰ ਬੰਦਗੀ ਕਰ ਲੈ, ਤੈਨੂੰ ਸਾਰੇ ਸੁੱਖ ਬਾਬਾ ਜੀ ਦੇ ਦੇਣ। ਬਾਬਾ ਜੀ ਕਿਰਪਾ ਕਰਦੇ, ਸਿੱਧੇ ਪੈਸੇ ਕੋਈ ਨਹੀਂ ਦਿੰਦਾ। ਸੋ ਇਸ ਕਰਕੇ ਕੋਈ ਵੀ ਜ਼ਿੰਦਗੀ 'ਚ ਮੌਕਾ ਹੋਵੇ ਉਹਨੂੰ ਹੱਥੋਂ ਛੱਡਣਾ ਨਹੀਂ ਚਾਹੀਦਾ, ਉਹਦਾ ਫਾਇਦਾ ਲੈਣਾ ਚਾਹੀਦਾ। ਨਾਮ ਜਪਣ ਦਾ ਮੌਕਾ ਕਦੇ ਵੀ ਜ਼ਿੰਦਗੀ 'ਚ ਕਦੇ ਵੀ ਨਹੀਂ ਛੱਡਣਾ ਚਾਹੀਦਾ। ਅਤੇ ਅੱਜ ਕੱਲ੍ਹ ਦਿਲ ਚੱਲਦੇ ਨੇ ਝੰਡਿਆਂ ਦੇ, ਝੰਡਾ ਫੇਰੀਆਂ ਚੱਲਦੀਆਂ, ਸੰਗਤ ਪੂਰੇ ਉਤਸਾਹ ਦੇ ਨਾਲ ਝੰਡਾ ਫੇਰੀ 'ਚ ਹਿੱਸਾ ਲੈਂਦੀ, ਲੋਕ ਸੇਵਾ ਕਰਦੇ ਨੇ, ਨਾਮ ਜਪਦੇ ਨੇ ਬੰਦਗੀ। ਇਸੇ ਕਰਕੇ ਸਤਿਗੁਰੂ ਜੀ ਸਾਰਿਆਂ ਤੋਂ ਤਪੱਸਿਆ ਕਰਵਾਉਂਦੇ ਨੇ, ਕਿਉਂਕਿ ਤਪੱਸਿਆ ਦੇ ਨਾਲ ਹੀ ਅਸੀਂ ਆਪਣਾ ਜੀਵਨ ਬਦਲ ਸਕਦੇ ਹਾਂ। ਜੀਵਨ ਬਦਲਦਾ ਹੀ ਤਾਂ ਜਦੋਂ ਜੀਵਨ 'ਚ ਤਪ ਆਉਂਦਾ। ਜਿਹਦੀ ਜ਼ਿੰਦਗੀ 'ਚ ਤਪੱਸਿਆ ਨਹੀਂ ਉਹਦੀ ਜ਼ਿੰਦਗੀ 'ਚ ਖੁਸ਼ੀ ਵੀ ਨਹੀਂ। ਬੰਦਾ ਕਹਿੰਦਾ ਮੇਰੇ ਕੋਲ ਸਾਰਾ ਕੁਛ ਹੋਵੇ ਮੈਂ ਖੁਸ਼ ਹੋ ਜਾਵਾਂਗਾ, ਬੜੇ ਬੜੇ ਪੈਸੇ ਵਾਲੇ, ਬੜੇ ਬੜੇ ਕੋਠੀਆਂ ਵਾਲੇ, ਸਭ ਕੁਛ ਹੈ, ਪਰ ਫਿਰ ਵੀ ਜ਼ਿੰਦਗੀ 'ਚ ਸਟ੍ਰੈਸ ਬਹੁਤ ਜ਼ਿਆਦਾ, ਟੈਨਸ਼ਨ ਬਹੁਤ ਜ਼ਿਆਦਾ, ਕਿਉਂਕਿ ਅਸੀਂ ਦੌੜ 'ਚ ਲੱਗੇ ਹੋਏ ਹਾਂ ਵੀ ਅਸੀਂ ਸਾਰਿਆਂ ਤੋਂ ਅੱਗੇ ਨਿਕਲਣਾ, ਅਤੇ ਕਦੇ ਹੁੰਦਾ ਹੀ ਨਹੀਂ। ਜ਼ਿੰਦਗੀ 'ਚ ਜਿਹਨੂੰ ਕੋਈ ਬਿਮਾਰੀ ਨਹੀਂ ਹੈ, ਜਿਹਨੇ ਕਿਸੇ ਦਾ ਕਰਜ਼ਾ ਨਹੀਂ ਦੇਣਾ, ਜਿਹੜਾ ਰੱਬ ਜੀ ਦੇ ਦਿੱਤੇ 'ਚ ਸੰਤੁਸ਼ਟ ਰਹਿੰਦਾ, ਠੀਕ ਹੈ ਮਿਹਨਤ ਕਰਦਾ, ਅੱਗੇ ਵਧਦਾ ਰਹਿੰਦਾ, ਅੱਗੇ ਵਧਣ ਲਈ ਮਿਹਨਤ ਕਰਦੇ, ਪਰ ਜੋ ਰੱਬ ਜੀ ਦਿੰਦੇ ਹੈ ਉਹਦੇ 'ਚ ਉਹਦਾ ਸ਼ੁਕਰ ਗੁਜ਼ਾਰ ਕਰਦਾ ਵੀ ਠੀਕ ਹੈ ਰੱਬ ਜੀ, ਜੋ ਤੁਸੀਂ ਮੈਨੂੰ ਦਿੱਤਾ ਤੁਹਾਡੇ ਮੈਂ ਭਾਣੇ 'ਚ। ਅਤੇ ਜਿਹਦੀ ਜ਼ਿੰਦਗੀ 'ਚ ਬਿਮਾਰੀ ਕੋਈ ਨਹੀਂ, ਰਿਸ਼ਤੇਦਾਰੀ 'ਚ ਪਿਆਰ ਹੈ, ਘਰ 'ਚ ਇਤਫਾਕ ਹੈ, ਉਹ ਬੰਦਾ ਖੁਸ਼ ਹੈ। ਖੁਸ਼ੀ ਦਾ ਪੈਮਾਨਾ ਇੱਦਾਂ ਨਹੀਂ ਵੀ ਮੇਰੇ ਕੋਲ ਨੋਟ ਬਹੁਤ ਜ਼ਿਆਦਾ, ਇੱਦਾਂ ਨਹੀਂ। ਤੁਸੀਂ ਖੁਸ਼ ਕਿੰਨੇ ਹੋ ਜ਼ਿੰਦਗੀ 'ਚ ਇਹ ਦੇਖਿਆ ਜਾਂਦਾ ਵੀ ਸਾਡੀ ਜ਼ਿੰਦਗੀ 'ਚ ਖੁਸ਼ੀ ਕਿੰਨੀ ਹੈ। ਸੋ ਹਰ ਵੇਲੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਅਤੇ ਖੁਸ਼ੀ ਆਉਂਦੀ ਘਰ 'ਚ ਆਰਤੀ ਕਰੋ, ਚਲੀਸਾ ਕਰੋ, ਅਤੇ ਸਭ ਤੋਂ ਵੱਡੀ ਗੱਲ ਇਹ ਵੀ ਸਾਰੇ ਕਰ ਲੈਂਦੇ ਆ। ਅਤੇ ਮਹਾਰਾਜ ਨੇ ਕਿਹਾ ਤੂੰ ਮੰਦਰ ਆਉਣਾ, ਗੁਰਦੁਆਰੇ ਜਾਣਾ, ਸਤਸੰਗ 'ਤੇ ਆਉਣਾ, ਅਤੇ ਖੱਟਦਾ ਉਹੀ ਬੰਦਾ ਜੀ ਜਿਹੜਾ ਬਾਬਾ ਜੀ ਦੇ ਅਸੂਲਾਂ 'ਤੇ ਚੱਲਦਾ, ਜਿਹੜਾ ਅਸੂਲਾਂ ਤੋਂ ਬਾਹਰ ਹੈ ਉਹ ਉਹਦੇ ਲਈ ਦੇਖੋ ਕੋਈ ਫਾਇਦਾ ਦਿੰਦਾ ਨਹੀਂ ਹੈ, ਤਪ ਵੀ ਨਹੀਂ ਦਿੰਦਾ। ਹੁਣ ਡਾਕਟਰ ਕੋਲ ਜਾਓ ਵੀ ਆਹ ਬਿਮਾਰੀ ਹੈ, ਡਾਕਟਰ ਦਵਾਈ ਦੇ ਦਿੰਦਾ ਹੈ ਅਤੇ ਨਾਲ ਪਰਹੇਜ਼ ਵੀ ਦੱਸਦਾ ਵੀ ਭਾਈ ਆਹ ਪਰਹੇਜ਼ ਕਰੀ ਆ, ਤੂੰ ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਉਹ ਦੱਸਦਾ। ਅਤੇ ਡਾਕਟਰ ਨੂੰ ਕਹੋ ਅਸੀਂ ਪਰਹੇਜ਼ ਨਹੀਂ ਕਰਨਾ, ਉਹ ਕਹਿੰਦਾ ਦਵਾਈ ਦਾ ਫਿਰ ਤੈਨੂੰ ਕੋਈ ਫਾਇਦਾ ਵੀ ਨਹੀਂ ਹੋਣਾ। ਇਸ ਕਰਕੇ ਜੀਵਨ 'ਚ ਤਪੱਸਿਆ ਜ਼ਰੂਰੀ ਹੈ, ਪਰ ਤਪੱਸਿਆ ਦੇ ਨਾਲ ਨੀਅਤ ਵੀ ਸਾਫ਼ ਹੋਣੀ ਚਾਹੀਦੀ, ਆਪਣੀ ਅੱਖਾਂ 'ਤੇ ਕੰਟਰੋਲ ਹੋਣਾ ਚਾਹੀਦਾ, ਆਪਣੇ ਆਪ 'ਤੇ ਆਪਣੇ ਮਨ 'ਤੇ ਸਾਨੂੰ ਨਜ਼ਰ ਰੱਖਣੀ ਚਾਹੀਦੀ, ਫਾਲਤੂ ਗੱਲਾਂ ਕਿਸੇ ਨਾਲ ਨਹੀਂ ਕਰਨੀਆਂ ਚਾਹੀਦੀਆਂ, ਮੰਦਰ 'ਚ ਆ ਕੇ ਚੁਗਲੀ ਨਿੰਦਿਆ ਤੋਂ ਬਚਣਾ ਚਾਹੀਦਾ, ਅਤੇ ਆਪਣੇ ਮਨ 'ਤੇ ਨਜ਼ਰ ਰੱਖੋ ਵੀ ਕਿਤੇ ਨੀਅਤ 'ਚ ਖੋਟ ਤਾਂ ਨਹੀਂ, ਸਾਡੀ ਨਜ਼ਰ ਮਾੜੀ ਤਾਂ ਨਹੀਂ। ਦੇਖੋ ਭੈਣਾਂ ਬੀਬੀਆਂ ਇਹਨਾਂ ਨੂੰ ਚੰਗੀ ਨਜ਼ਰ ਨਾਲ ਦੇਖੋ, ਨੀਅਤ ਸਾਫ਼ ਹੋਵੇ, ਅਤੇ ਜਿਹੜਾ ਮਾੜੀ ਨਜ਼ਰ ਰੱਖਦਾ ਉਹਦੀ ਜ਼ਿੰਦਗੀ ਗਰਕ ਹੋ ਜਾਂਦੀ ਹੈ, ਉਹ ਬੰਦਾ ਡੁੱਬ ਜਾਂਦਾ, ਉਹਦਾ ਕੱਖ ਵੀ ਨਹੀਂ ਬਚਦਾ, ਉਹਦੇ ਕੋਲ ਉਹ ਫਿਰ ਸ਼ਕਲ ਦਿਖਾਉਣ ਜੋਗਾ ਵੀ ਕਿਸੇ ਨੂੰ ਰਹਿੰਦਾ ਨਹੀਂ।
ਇਸ ਕਰਕੇ ਆਪਣੇ ਚਰਿੱਤਰ ਦਾ ਜ਼ਰੂਰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ। ਇਤਿਹਾਸ 'ਚ ਚਲੇ ਜਾਓ, ਜਿਨ੍ਹਾਂ ਨੇ ਵੀ ਬੀਬੀਆਂ ਨੂੰ ਮਾਵਾਂ ਭੈਣਾਂ ਨੂੰ ਮਾੜੀ ਨਜ਼ਰ ਨਾਲ ਤੱਕਿਆ ਤੇ ਉਹ ਬਰਬਾਦ ਹੋ ਗਿਆ, ਉਹਦਾ ਬਚਿਆ ਹੀ ਕੁਛ। ਰਾਵਣ ਨੂੰ ਦੇਖ ਲਓ, ਕਿਸੇ ਨੂੰ ਵੀ ਇਤਿਹਾਸ ਚੱਕ ਕੇ ਦੇਖੋ, ਉਹਦਾ ਕੁੱਲ ਨਾਸ਼ ਹੋ ਗਿਆ, ਉਹਦਾ ਸਰਵਨਾਸ਼ ਹੋ ਗਿਆ। ਸੋ ਇਸ ਕਰਕੇ ਜ਼ਰੂਰੀ ਹੈ ਜੀ ਕਿ ਅਸੀਂ ਆਪਣੇ ਚਰਿੱਤਰ ਨੂੰ ਵੀ ਚੰਗਾ ਬਣਾਈਏ, ਫਾਲਤੂ ਗੱਲ ਹੀ ਨਾ ਕਰੀਏ, ਨਜ਼ਰ ਝੁਕਾ ਕੇ ਗੱਲ ਕਰੀਏ, ਭੈਣਾਂ ਨਾਲ ਗੱਲ ਕਰਨੀ। ਜਿਹੜੇ ਚੰਗੀ ਨਜ਼ਰ ਨਾਲ ਦੇਖਦੇ ਉਹਨੂੰ ਤਾਰ ਵੀ ਦਿੰਦੇ, ਤਾਰ ਤਰ ਵੀ ਜਾਂਦਾ ਬੰਦਾ। ਜਿਹੜਾ ਚੰਗੀ ਨੀਅਤ ਰੱਖਦਾ, ਅੰਦਰੋਂ ਸਾਫ਼ ਮੰਨਦਾ, ਉਹ ਤਰ ਵੀ ਜਾਂਦਾ, ਉਹਦੀਆਂ ਕੁੱਲਾਂ ਤਰ ਵੀ ਜਾਂਦੀਆਂ। ਇਹਨਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ, ਮਾਵਾਂ ਭੈਣਾਂ ਦਾ ਸਤਿਕਾਰ ਕਰਨਾ ਚਾਹੀਦਾ, ਇਹਨਾਂ ਦੇ ਚਰਨਾਂ 'ਤੇ ਨਜ਼ਰ ਰੱਖਣੀ ਚਾਹੀਦੀ, ਇਸ ਤੋਂ ਉੱਤੇ ਦੇਖਣਾ ਹੀ ਨਹੀਂ ਚਾਹੀਦਾ, ਨਜ਼ਰਾਂ ਝੁਕਾ ਕੇ ਹੀ ਗੱਲ ਕਰਨੀ ਚਾਹੀਦੀ। ਸੋ ਇਸ ਕਰਕੇ ਇਹਨਾਂ ਗੱਲਾਂ 'ਤੇ ਜ਼ਰੂਰ ਅਮਲ ਕਰੋ, ਬਾਬਾ ਜੀ ਦੇਣ 'ਚ ਕੋਈ ਕਮੀ ਨਹੀਂ ਛੱਡਦੀ। ਸਾਨੂੰ ਸਤਿਗੁਰੂ ਮਹਾਰਾਜ ਨੇ ਐਸੀ ਰੀਤ ਚਲਾਈ, ਐਸੀ ਮਿਹਰਬਾਨੀ, ਐਸੀ ਦਇਆ ਕੀਤੀ ਹੈ ਵੀ ਅਸੀਂ ਜੋ ਵੀ ਚਾਹੀਏ ਬਾਬਾ ਜੀ ਤੋਂ ਲੈ ਸਕਦੇ ਹਾਂ। ਅਤੇ ਮਹਾਰਾਜ ਨੇ ਹਮੇਸ਼ਾ ਕਿਹਾ ਕਿ ਬਾਬਾ ਜੀ ਆਪਣੇ ਬੱਚਿਆਂ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖਦੇ, ਬਸ ਅਸੀਂ ਰਹਿਤ ਮਰਿਆਦਾ ਵਿੱਚ ਰਹੀਏ, ਮਰਿਆਦਾ 'ਚ ਰਹਿ ਕੇ ਕੋਈ ਵੀ ਗੱਲ ਬੋਲਣੀ ਹੈ ਉਹਨੂੰ 10 ਵਾਰੀ ਸੋਚਿਆ ਕਰੀਏ ਵੀ ਇਹ ਗੱਲ ਕਰੀਏ ਜਾਂ ਨਾ ਕਰੀਏ, ਕਿਸੇ ਦਾ ਦਿਲ ਨਾ ਦੁਖੇ, ਬਸ ਸਾਡੇ ਕਰਕੇ ਕਿਸੇ ਦਾ ਮਨ ਨਾ ਦੁਖੀ ਹੋਵੇ, ਇਹ ਜ਼ਰੂਰ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਅਤੇ ਦੋ ਹੀ ਤਰੀਕੇ ਆ ਜੀ ਬਾਬਾ ਜੀ ਨੂੰ ਖੁਸ਼ ਕਰਨ ਦੇ, ਵੀ ਸੇਵਾ ਕਰੀਏ ਅਤੇ ਨਾਲ ਨਾਲ ਨਾਮ ਜਪੀਏ।